ਤੇ ਅਸੀਂ ਵੀ ਕੇਰਲਾ ਗਏ ਹਾਂ ਨਾ ਕੇਰਲਾ ਦੀ ਜਿਹੜੀ ਗੱਲ ਸੀ ਸੁਣੀ ਸੀ ਪਹਿਲਾਂ ਮਸਤ ਦੱਸਦੇ ਹੁੰਦੇ ਸੀ ਵੀ ਉੱਥੇ ਟ੍ਰੇਨਾਂ ਦੇ ਵਿੱਚ ਵੀ ਕਿਤਾਬਾਂ ਨੇ ਹਾਂ ਤਾਂ ਲਾਇਬ੍ਰੇਰੀਆਂ ਬਣੀਆਂ ਹੋਈਆਂ ਏਅਰਪੋਰਟ ਤੇ ਵੀ ਕਿਤਾਬਾਂ ਪੜ੍ਹੀ ਜਾਂਦੇ ਤੁਹਾਨੂੰ ਵੀ ਕੋਈ ਬੰਦਾ ਨਹੀਂ ਮਿਲਿਆ ਕਿਤਾਬਾਂ ਵਾਲਾ ਇੱਕ ਪਿੰਡ ਤੋਂ ਅਸੀਂ ਗਏ ਸੀਗੇ ਉੱਥੇ ਇੱਕ ਲਾਇਬ੍ਰੇਰੀ ਸੀਗੀ ਤੇ ਉਹ ਕਿਤਾਬਾਂ ਨੂੰ ਸੌਂਕ ਜੀ ਲੱਗੀ ਵੀ ਸੀ 20 ਕਿਤਾਬਾਂ ਸੀਗੀਆਂ ਉੱਥੇ ਅਸੀਂ ਪੁੱਛਿਆ ਉਹਨਾਂ ਤੋਂ ਉਹ ਕਹਿੰਦੇ ਅਸੀਂ ਤਾਂ ਐਂ ਕਹਿੰਦੇ ਵੀਰ ਪੰਜਾਬ ਦੇ ਬੰਦੇ ਬੜੇ ਨਜ਼ਾਰੇ ਰਹਿੰਦੇ ਆ ਬਹੁਤ ਪੜ੍ਹਦੇ ਆ ਉਹ ਪੈਸੇ ਨਹੀਂ ਜੋੜਦੇ ਅਸੀਂ ਅਗਰ ਸਾਨੂੰ ਤਾਂ ਐਂ ਕਹਿੰਦੇ ਵੀ ਕੇਰਲ ਵਾਲੇ ਲੋਕ ਪੈਸੇ ਨਹੀਂ ਜੋੜਦੇ ਗੇ ਉਹ ਕਹਿੰਦੇ ਸਾਡੇ ਤਾਂ ਕਹਿੰਦਾ ਇੱਥੇ ਹਰੇਕ ਦੀ ਐਫਡੀਆਂ ਕਈਆਂ ਕਰਾਈਆਂ ਹੋਈਆਂ सारी दुनिया एक सारे सारे आपो अपने इतिहास ने सारे आपो अपने सूरमे ने आपो अपने जिहदे कोल अपने सूरमे आपदे चोर भी है सारा कुछ रलवा मिलवा ही होंदा ना मैं रब नूं जमा नहीं मनदा गया धर्म की अपनी रिस्पैक्ट धर्म एक होर चीज मैं कहना हुंदा वी आपां कह दिंदे आ वी यार बंदा ना पढ़ लिख के बंदा सहज हो गया यार जिहड़े जे रब हैगा तो उन्हें इन्ना कुछ बनाया कितना सहज होगा ਉਹਦੇ ਨਾਲ ਜਾ ਕੇ ਕਹਿ ਦਿਆਂਗੇ ਵੀ ਗਲਤੀ ਹੋ ਗਈ ਮਾਫ ਕਰ ਦਿਓ ਕਰ ਦੂ ਯਾਰ ਇੱਡੀ ਕਿੱਡੀ ਵੱਡੀ ਗੱਲ ਨਾ ਇਹੀ ਆ ਵੀ ਜੇ ਰੱਬ ਹੈ ਹੀ ਨੀਗਾ ਫਿਰ ਤਾਂ ਚੱਕਰੀ ਕੋਈ ਨੀਗਾ ਜੇ ਹੈਗਾ ਤੇ ਵੀ ਆਪਾਂ ਉਹਦੇ ਨਾਲ ਗੱਲ ਕਰਾਂਗੇ ਬੈਠ ਕੇ ਤੇ ਫਿਰ ਉਹ ਜੇ ਮਾੜੀ ਮੋਟੀ ਕੋਈ ਸਜ਼ਾ ਦੇ ਵੀ ਦੇਊਗਾ ਤੇ ਫਿਰ ਜਿਹੜੀ ਕਰਤੂਤਾਂ ਕੀਤੀਆਂ ਇੱਥੇ ਆਪਾਂ ਤਾਂ ਸਵਾਦ ਲਿਆ ਤੇ ਸਜ਼ਾ ਹੀ ਭੋਗਤਣਾ ਵੀ ਮਾੜੀ ਮੋਟੀ ਆਹੀ ਗੱਲ ਆ ਰੱਬ ਦੇ ਰੱਬ ਦੀ ਫਿਰ ਕੋਈ ਲੋੜ ਨਹੀਂ ਆਹ ਗੱਲਾਂ ਮਤਾਂ ਨਹੀਂ ਆਉਂਦੀਆਂ ਅਸੀਂ ਇਹ ਕਹਿੰਦੇ ਹਾਂ ਬੰਦੇ ਵੀ ਇਹਦੇ ਜਿੰਨਾ ਕੁਝ ਹੈ ਨਾ